ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਡਾਕਟਰ ਜਿੰਦਰ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਚੈਨਲ। ਆਓ ਦੇਖਦੇ ਹਾਂ ਅੱਜ ਦੀਆਂ ਕੁਝ ਖਾਸ ਖਾਸ ਖਬਰਾਂ। ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਰੇਤ ਦੀਆਂ ਖੱਡਾਂ ਦੇ ਮਾਮਲੇ ਵਿੱਚ ਸੂਬੇ ਦੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਤੋਂ ਅਸਤੀਫਾ ਮੰਗਿਆ ਹੈ ਅਤੇ ਕਿਹਾ ਹੈ ਕਿ ਜੇਕਰ ਰਾਣਾ ਅਸਤੀਫਾ ਨਹੀਂ ਦਿੰਦੇ ਤਾਂ ਉਹ ਉਹਨਾਂ ਦੇ ਘਰ ਦੇ ਬਾਹਰ ਧਰਨਾ ਦੇਣਗੇ। ਸੁਖਪਾਲ ਸਿੰਘ ਖਹਿਰਾ ਨੇ ਅੱਜ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਰਾਣਾ ਗੁਰਜੀਤ ਸਿੰਘ ਸਮੇਤ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਕਈ ਸਵਾਲ ਚੁੱਕੇ ਹਨ। ਦੋਸਤੋ, ਜਦੋਂ ਦੀ ਕਾਂਗਰਸ ਗਵਰਨਮੈਂਟ ਬਣੀ ਹੈ ਪੰਜਾਬ ਦੇ ਵਿੱਚ, ਇਹਨਾਂ ਦੇ ਜਿਹੜੇ ਟੇਬਲ ਸੀ, ਇਹਨਾਂ ਦੇ ਕੰਮ ਕਰਨ ਦਾ ਅੰਦਾਜ਼ ਸੀ, ਹੌਲੀ ਹੌਲੀ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਗਿਆ ਕਿ ਮਹਿਜ਼ ਝੰਡਿਆਂ ਦੇ ਰੰਗ ਬਦਲੇ ਨੇ ਅਤੇ ਪੱਗਾਂ ਦੇ ਰੰਗ ਬਦਲੇ ਨੇ ਪੰਜਾਬ ਦੇ ਵਿੱਚ। ਕੰਮ ਕਰਨ ਦਾ ਤਰੀਕੇਕਾਰ ਤਕਰੀਬਨ ਸੇਮ ਸੀਗਾ ਔਰ ਉਹ ਗੱਲਾਂ ਆਹਿਸਤਾ ਆਹਿਸਤਾ ਸਾਹਮਣੇ ਆ ਰਹੀਆਂ। ਅੱਜ ਬਹੁਤ ਵੱਡਾ ਖੁਲਾਸਾ ਹੋਇਆ। ਆ ਮੇਰੇ ਕੋਲ ਇੱਕ ਪੂਰੀ ਲਿਸਟ ਹੈ ਪੰਜਾਬ ਦੇ ਵਿੱਚ ਜਿਹੜੀਆਂ 99 ਮਾਈਨਿੰਗ ਦੀਆਂ ਖੱਡਾਂ ਨਿਲਾਮ ਹੋਈਆਂ ਸੀਗੀਆਂ। ਉਹਦੇ 'ਚ ਇਹ ਖੁਲਾਸਾ ਆਇਆ ਵਾ ਕਿ ਉਹਨਾਂ 'ਚੋਂ ਜਿਹੜੀ ਸਭ ਤੋਂ ਮਹਿੰਗੀ ਖੱਡ ਸੀਗੀ 26 ਕਰੋੜ ਰੁਪਏ ਦੀ, ਉਹ ਰਾਣਾ ਗੁਰਜੀਤ ਸਿੰਘ ਜਿਹੜੇ ਪਾਵਰ ਅਤੇ ਇਰੀਗੇਸ਼ਨ ਮਿਨਿਸਟਰ ਨੇ, ਉਹਨਾਂ ਦੇ ਰਸੋਈਏ ਨੇ, ਉਹਨਾਂ ਦਾ ਜਿਹੜਾ ਖਾਣਾ ਪਕਾਉਂਦਾ, ਰੋਟੀ ਬਣਾਉਂਦਾ ਜਿਹੜਾ ਉਹਨਾਂ ਦਾ ਅਮਿਤ ਬਹਾਦੁਰ, ਇਹ ਇੱਕ ਖੱਡ 26 ਕਰੋੜ ਰੁਪਏ ਦੀ ਅਮਿਤ ਬਹਾਦੁਰ ਰਾਣਾ ਗੁਰਜੀਤ ਸਿੰਘ ਦੇ ਰੋਟੀ ਪਕਾਉਣ ਵਾਲੇ ਨੇ ਲਈ ਹੈ। 3 ਉਹਨਾਂ ਦੇ ਹੋਰ ਇੰਪਲੋਈਜ਼ ਨੇ, ਉਹਨਾਂ ਦੀ ਰਾਣਾ ਸ਼ੂਗਰ ਇੱਕ ਕੰਪਨੀ ਆ ਜਾਂ ਉਹਨਾਂ ਦੇ ਜਿਹੜਾ ਕਾਰੋਬਾਰ ਹੈ ਉਹਦੇ ਵਿੱਚ 3 ਹੋਰ ਇੰਪਲੋਈਜ਼ ਨੇ। ਇੱਕ ਦਾ ਨਾਮ ਹੈ ਕੁਲਵਿੰਦਰ ਸਿੰਘ, ਇੱਕ ਦਾ ਨਾਮ ਹੈ ਗੁਰਿੰਦਰ ਸਿੰਘ, ਇੱਕ ਦਾ ਨਾਮ ਹੈ ਬਲਰਾਜ ਸਿੰਘ। ਇਹ ਜਿਹੜੇ ਇੰਪਲੋਈਜ਼ ਨੇ, ਇਹਨਾਂ ਨੂੰ ਇਹਨਾਂ ਦੀ ਕੰਪਨੀ ਤਨਖਾਹ ਦਿੰਦੀ, ਤਨਖਾਹ 10-15-25-50-60 ਹਜ਼ਾਰ ਮਹੀਨਾ ਹੋ ਸਕਦੀ ਹੈ। ਕੀ ਇਸ ਤਰ੍ਹਾਂ ਦੇ ਵਿਅਕਤੀ ਜਿਹੜੇ ਰੋਟੀ ਪਕਾਉਂਦੇ ਨੇ ਕਿਸੇ ਮਿਨਿਸਟਰ ਦੇ ਘਰ, ਉਹ 26 ਕਰੋੜ ਰੁਪਏ ਦੀ ਖੱਡ ਲੈ ਸਕਦੇ ਨੇ ਆਪਣੇ ਆਪ ਆਪਣੀ ਹੈਸੀਅਤ ਨਾਲ? ਔਰ ਇਹ ਵੀ ਨਾਲ ਦੱਸਣਾ ਇੱਥੇ ਜ਼ਰੂਰੀ ਆ ਕਿ ਜਿਹੜੀ ਆਕਸ਼ਨ ਹੋਈ ਹੈ, ਈ ਆਕਸ਼ਨ, ਉਹਦੇ ਵਿੱਚ 50% ਅਮਾਊਂਟ ਜਮ੍ਹਾਂ ਕਰਾਉਣਾ ਪਿਆ ਸੀਗਾ ਪਰਸੋਂ, ਯਾਨੀ ਕਿ 23 ਤਰੀਕ ਸ਼ਾਮ ਤੱਕ। ਯਾਨੀ ਕਿ ਅਮਿਤ ਬਹਾਦੁਰ ਨੇ ਜਦੋਂ 26 ਕਰੋੜ ਦੀ ਖੱਡ ਲਈ, ਉਸ ਨੇ ਲਗਭਗ 13 ਕਰੋੜ ਰੁਪਈਆ ਪੰਜਾਬ ਸਰਕਾਰ ਦੇ ਖਾਤੇ ਵਿੱਚ ਨੰਬਰ 1 ਵਿੱਚ ਥਰੂ ਅ ਪ੍ਰੋਪਰ ਲੈਜਿਟਮੇਟ ਡਰਾਫਟ ਜਮ੍ਹਾਂ ਕਰਾਇਆ ਵਾ। ਇਸ ਤੋਂ ਕੀ ਸਾਬਤ ਹੁੰਦਾ ਵਾ? ਕਿ ਰਾਣਾ ਗੁਰਜੀਤ ਸਿੰਘ ਆਪਣੇ ਬੇਨਾਮੀ ਹੱਥ ਠੋਕਿਆਂ ਦੇ ਜ਼ਰੀਏ ਪੰਜਾਬ ਦੇ ਰੇਤਾ ਬਜਰੀ ਅਤੇ ਖੱਡਾਂ ਦੇ ਵਪਾਰ ਦੇ ਉੱਤੇ ਕਾਬਜ਼ ਹੋ ਚੁੱਕੇ ਨੇ। ਇਹੀ ਰੌਲਾ ਪਿਛਲੇ 10 ਸਾਲ ਅਕਾਲੀ ਦਲ ਦੇ ਖਿਲਾਫ ਰਿਹਾ ਕਿ ਅਕਾਲੀ ਜਿਹੜੇ ਨੇ, ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਮਾਈਨਿੰਗ ਮਾਫੀਆ ਕ੍ਰੀਏਟ ਕਰਤਾ। ਕਈ ਤਾਂ ਅਕਾਲੀ ਲੀਡਰ ਸਿੱਧੇ ਹੀ ਸਾਹਮਣੇ ਸੀਗੇ, ਲੇਕਿਨ ਬਹੁਤ ਸਾਰੇ ਆਗੂ ਜਿਹੜੇ ਸੀਗੇ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਆਪਣੇ ਬੰਦਿਆਂ ਦੇ ਜ਼ਰੀਏ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਕਰਾਉਂਦੇ ਸੀ। ਇੱਕ ਮਾਫੀਆ ਨਾਮ ਮਿਲਿਆ ਪੰਜਾਬ ਦੇ ਵਿੱਚ ਔਰ ਬੇਤਹਾਸ਼ਾ ਵੱਡਾ ਵਪਾਰ ਹੈ। ਆ ਵੀ ਜਿਹੜਾ ਮਾਫੀਆ ਦੀ ਗੱਲ ਹੁਣ ਹੋ ਰਹੀ ਹੈ, ਇਹ ਹੁਣ ਅਕਾਲੀਆਂ ਦਾ ਮਾਫੀਆ ਪਿੱਛੇ ਹਟ ਗਿਆ ਅਤੇ ਕਾਂਗਰਸ ਦਾ ਮਾਫੀਆ ਸਾਹਮਣੇ ਆ ਗਿਆ। ਮੈਂ ਜਿੱਦਾਂ ਪਹਿਲਾਂ ਕਿਹਾ ਕਿ ਝੰਡਿਆਂ ਦੇ ਰੰਗ ਬਦਲੇ ਨੇ, ਅਕਾਲੀ ਦਲ ਦੇ ਕੇਸਰੀ ਝੰਡੇ ਦੀ ਜਗ੍ਹਾ 'ਤੇ ਹੁਣ ਕਾਂਗਰਸ ਦਾ ਤਿਰੰਗਾ ਝੰਡਾ ਆ ਗਿਆ ਵਾ, ਅਕਾਲੀਆਂ ਦੀ ਨੀਲੀ ਪੱਗ ਦੀ ਜਗ੍ਹਾ 'ਤੇ ਹੁਣ ਕਾਂਗਰਸ ਦੀ ਚਿੱਟੀ ਪੱਗ ਆਪਣੇ ਸਾਹਮਣੇ ਆ ਗਈ। ਔਰ ਇਹ ਸਰਾਸਰ ਮਾਈਨਿੰਗ ਮਾਫੀਆ ਦਾ ਨਾਮ ਹੈ। ਇਸ ਨੂੰ ਦੁਬਾਰਾ ਮੈਂ ਦੇਣਾ ਚਾਹੁੰਦਾ ਵਾਂ, ਇਹ ਹੋਰ ਕੁਛ ਨਹੀਂ, ਪੰਜਾਬ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਵਪਾਰ ਦੇ ਉੱਤੇ ਕਾਂਗਰਸ ਵਾਲਿਆਂ ਨੇ ਹੌਲੀ ਹੌਲੀ ਕਬਜ਼ਾ ਸ਼ੁਰੂ ਕਰ ਦਿੱਤਾ। ਤਾਂ ਮੈਂ ਕਹਿ ਰਿਹਾ ਸੀਗਾ ਕੈਪਟਨ ਅਮਰਿੰਦਰ ਸਿੰਘ ਦੀ ਬਹੁਤ ਵੱਡੀ ਇਮਤਿਹਾਨ ਦੀ ਘੜੀ ਆ। ਹੁਣ ਦੇਖਣਾ ਵਾ ਕਿ ਕੀ ਉਹ ਆਪਣੇ ਮੰਤਰੀ ਨੂੰ ਕਹਿੰਦੇ ਨੇ ਕਿ ਤੁਸੀਂ
ਅਸਤੀਫਾ ਦੇ ਕੇ ਵਜ਼ਾਰਤ ਵਿੱਚੋਂ ਜਾਂ ਉਹਨਾਂ ਨੂੰ ਕੈਬਨਿਟ 'ਚੋਂ ਡਿਸਮਿਸ ਕਰਦੇ ਨੇ। ਖਾਲਿਸਤਾਨੀ ਅੱਤਵਾਦੀਆਂ ਨੇ ਇੱਕ ਵਾਰ ਮੁੜ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਇਸ ਸੰਬੰਧੀ ਇੱਕ ਵੀਡੀਓ ਕੈਨੇਡਾ ਵਿੱਚ ਬਣਾਇਆ ਗਿਆ ਹੈ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਵੀਡੀਓ ਵਿੱਚ ਕਿਹਾ ਗਿਆ ਕਿ ਰਵਨੀਤ ਸਿੰਘ ਬਿੱਟੂ ਕਹਿੰਦੇ ਹਨ ਕਿ ਹਰਜੀਤ ਸਿੰਘ ਸੱਜਣ ਹੁੰਦੇ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾ ਚੁੱਕੀ ਹੁੰਦੀ। ਉਹਨਾਂ ਕਿਹਾ ਕਿ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਹਰਜੀਤ ਸਿੰਘ ਸੱਜਣ ਹੁੰਦੇ ਤਾਂ ਨਾ ਤਾਂ 84 ਦੇ ਦੰਗੇ ਹੁੰਦੇ ਅਤੇ ਨਾ ਹੀ ਸ਼੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਹੁੰਦਾ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਖਾਲਿਸਤਾਨੀ ਹਮਾਇਤੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਚੁੱਕੇ ਹਨ। ਭਾਰਤੀ ਹਾਈ ਕਮਿਸ਼ਨ ਨੇ ਇਸ ਮਾਮਲੇ ਨੂੰ ਕੈਨੇਡਾ ਦੀ ਸਰਕਾਰ ਦੇ ਸਾਹਮਣੇ ਉਠਾਇਆ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਇਹ ਕਹਿ ਕੇ ਮੁਲਾਕਾਤ ਨਹੀਂ ਸੀ ਕੀਤੀ ਕਿ ਉਹ ਖਾਲਿਸਤਾਨੀ ਹਮਾਇਤੀ ਹਨ। ਤੁਹਾਨੂੰ ਇਹ ਵੀ ਦੱਸ ਦਈਏ ਕਿ ਪਿਛਲੇ ਦਿਨੀ BSF ਤੇ ਪੰਜਾਬ ਪੁਲਿਸ ਵੱਲੋਂ ਰਮਦਾਸ ਇਲਾਕੇ 'ਚੋਂ ਦੋ ਖਾਲਿਸਤਾਨੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਅਤੇ ਉਹਨਾਂ ਕੋਲੋਂ ਭਾਰੀ ਮਾਤਰਾ 'ਚ ਅਸਲਾ ਵੀ ਬਰਾਮਦ ਹੋਇਆ ਸੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹਨਾਂ ਖਾਲਿਸਤਾਨੀਆਂ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਕਈ ਵੱਡੇ ਚਿਹਰੇ ਉਹਨਾਂ ਦੇ ਨਿਸ਼ਾਨੇ 'ਤੇ ਸਨ। ਬਿਊਰੋ ਰਿਪੋਰਟ, ਪੰਜਾਬ ਟੂਡੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਖਾਲਿਸਤਾਨੀ ਸਮਰਥਕਾਂ ਵੱਲੋਂ ਦਿੱਤੀ ਗਈ ਜਾਨ ਤੋਂ ਮਾਰਨ ਦੀ ਧਮਕੀ ਦੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਰਸਾ ਸਿੰਘ ਮਲਟੋਹਾ ਨੇ ਨਿਖੇਧੀ ਕੀਤੀ ਹੈ। ਵਿਰਸਾ ਸਿੰਘ ਮਲਟੋਹਾ ਨੇ ਵਿਦੇਸ਼ਾਂ 'ਚ ਰਹਿੰਦੇ ਗਰਮ ਖਿਆਲੀ ਸਿੱਖਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮਰਿਆਦਾ 'ਚ ਰਹਿ ਕੇ ਹੀ ਆਪਣੀ ਗੱਲ ਰੱਖਣ। ਇਸ ਮੌਕੇ ਵਿਰਸਾ ਸਿੰਘ ਮਲਟੋਹਾ ਨੇ ਗਾਂਧੀ ਪਰਿਵਾਰ 'ਤੇ ਦੋਸ਼ ਲਗਾਇਆ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਰਵਨੀਤ ਸਿੰਘ ਬਿੱਟੂ ਨੂੰ ਸਿੱਖਾਂ ਦੇ ਖਿਲਾਫ ਵਰਤ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਰਸਾ ਸਿੰਘ ਮਲਟੋਹਾ ਨੇ ਨਿਖੇਧੀ ਕੀਤੀ ਹੈ। ਵਿਰਸਾ ਸਿੰਘ ਮਲਟੋਹਾ ਨੇ ਵਿਦੇਸ਼ਾਂ 'ਚ ਰਹਿੰਦੇ ਗਰਮ ਖਿਆਲੀ ਸਿੱਖਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮਰਿਆਦਾ 'ਚ ਰਹਿ ਕੇ ਹੀ ਆਪਣੀ ਗੱਲ ਰੱਖਣ। ਇਸ ਮੌਕੇ ਵਿਰਸਾ ਸਿੰਘ ਮਲਟੋਹਾ ਨੇ ਗਾਂਧੀ ਪਰਿਵਾਰ 'ਤੇ ਦੋਸ਼ ਲਗਾਇਆ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਰਵਨੀਤ ਸਿੰਘ ਬਿੱਟੂ ਨੂੰ ਸਿੱਖਾਂ ਦੇ ਖਿਲਾਫ ਵਰਤ ਰਹੇ ਹਨ। ਇਸ ਮੌਕੇ ਉਹਨਾਂ ਹਰਜੀਤ ਸਿੰਘ ਸੱਜਣ ਦੀ ਵੀ ਸ਼ਲਾਘਾ ਕੀਤੀ ਹੈ। ਦੇਖੋ, ਕਿਸੇ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦੇਣਾ ਕੋਈ ਚੰਗੀ ਗੱਲ ਨਹੀਂ। ਇਸ ਗੱਲ ਦੀ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਿੰਦਾ ਕਰਦੇ ਹਾਂ, ਪਰ ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਜੀ ਦਾ ਅਤੇ ਰਵਨੀਤ ਬਿੱਟੂ ਜੀ ਦੇ ਬਿਆਨਾਂ ਦੀ ਗੱਲ ਹੈ, ਉਹਨਾਂ ਨੂੰ ਵੀ ਇੱਕ ਆਪਣੀ ਲਿਮਿਟ 'ਚ ਰਹਿਣਾ ਚਾਹੀਦਾ। ਉਹ ਜਦੋਂ ਅਤੇ ਉਹਨਾਂ ਨੂੰ ਲੋੜ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਜੀ ਬਾਹਰ ਜਾ ਕੇ ਉਹਨਾਂ ਗਰਮ ਖਿਆਲੀ ਸਿੱਖਾਂ ਦੀਆਂ ਸਟੇਜਾਂ ਵੀ ਵਰਤਦੇ ਰਹੇ ਨੇ, ਅਤੇ ਹੁਣ ਸ਼ਾਇਦ ਜਿਹੜਾ ਗਾਂਧੀ ਪਰਿਵਾਰ ਹੈ ਉਹ ਇਹ ਖਤਰਾ ਮਹਿਸੂਸ ਕਰਨ ਲੱਗ ਪਿਆ ਹੈ ਕਿ ਹਿੰਦੁਸਤਾਨ 'ਚ ਤਾਂ ਨਹੀਂ ਪਰ ਵਿਦੇਸ਼ਾਂ 'ਚ ਜਿਹੜੇ ਸਿੱਖ ਨੇ ਉਹ ਬਹੁਤ ਵੱਡੀ ਰਾਜਨੀਤਿਕ ਸ਼ਕਤੀ ਦੇ ਤੌਰ 'ਤੇ ਉੱਭਰ ਰਹੇ ਨੇ। ਔਰ ਖਾਸ ਕਰਕੇ ਕੈਨੇਡਾ ਵਰਗੇ ਦੇਸ਼ ਦੇ ਵਿੱਚ ਜਿੱਥੇ ਅੱਜ ਇੱਕ ਸਿੱਖ ਕੈਨੇਡੀਅਨ
ਡਿਫੈਂਸ ਮਿਨਿਸਟਰ ਹੈ ਔਰ ਸੰਭਾਵਨਾ ਇਹ ਵੀ ਹੈ ਕਿ ਕਿਸੇ ਸਮੇਂ ਕੈਨੇਡਾ ਦੇ ਵਿੱਚ ਸਿੱਖ ਪ੍ਰਾਈਮ ਮਿਨਿਸਟਰ ਵੀ ਬਣ ਸਕਦਾ ਅਤੇ ਗਾਂਧੀ ਪਰਿਵਾਰ ਦੀ ਜੋ ਮਹਿਸੂਸ ਕਰਦੇ ਹਾਂ ਕਿ ਇਹ ਸਾਜ਼ਿਸ਼ ਚੱਲ ਪਈ ਹੈ ਕਿ ਸਿੱਖਾਂ ਨੂੰ ਵਿਦੇਸ਼ਾਂ ਦੇ ਵਿੱਚ ਬਦਨਾਮ ਕੀਤਾ ਜਾਵੇ ਉਹਦੇ ਵਾਸਤੇ ਜਿਹੜੇ ਮੋਹਰੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਰਵਨੀਤ ਬਿੱਟੂ ਜੀ ਨੂੰ ਬਣਾਇਆ ਗਿਆ ਇਹ ਸੋਭਾ ਨਹੀਂ ਦਿੰਦਾ ਉਹਨਾਂ ਨੂੰ ਵੀ ਕਿ ਉਹ ਜਿਹੜੀਆਂ ਸਾਡੇ ਉੱਥੋਂ ਦੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਚੁਣੇ ਹੋਏ ਸਿੱਖ ਨੇ ਲੋਕਤੰਤਰ ਦੇ ਨਾਲ ਚੁਣੇ ਹੋਏ ਨੇ ਚਾਹੇ ਉਹ ਹਰਜੀਤ ਸਿੰਘ ਸੱਜਣ ਜੀ ਨੇ ਚਾਹੇ ਹੋਰ ਪਾਰਲੀਮੈਂਟ ਮੈਂਬਰ ਨੇ ਜਾਂ ਵਜ਼ੀਰ ਸਾਹਿਬਾਨ ਨੇ ਉੱਥੇ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਇਹ ਭੈੜੇ ਇਲਜ਼ਾਮ ਲਾਉਣ ਜਾਂ ਉਹਨਾਂ ਬਾਰੇ ਕੋਈ ਮਾੜੇ ਸ਼ਬਦਾਂ ਦਾ ਪ੍ਰਯੋਗ ਕਰਨ ਇਹ ਇਸੇ ਕਰਕੇ ਜਿਹੜੀ ਗੱਲ ਵੱਧ ਰਹੀ ਹੈ ਪਰ ਮੈਂ ਉਹਨਾਂ ਸਿੱਖ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਆਪਣੇ ਤਰੀਕੇ ਨਾਲ ਲੋਕਤੰਤਰ ਦੀ ਮਰਿਆਦਾ ਦੇ ਵਿੱਚ ਰਹਿ ਕੇ ਵੀ ਤੁਸੀਂ ਵੀ ਜਿਹੜੀ ਆਪਣੀ ਗੱਲ ਕਰੋ ਬਿਊਰੋ ਰਿਪੋਰਟ ਪੰਜਾਬ ਟੂਡੇ ਜਬਰਨ ਵਿਆਹ ਕਰਨ ਨੂੰ ਮਜਬੂਰ ਹੋਈ ਭਾਰਤੀ ਮਹਿਲਾ ਉਜਮਾ ਪਾਕਿਸਤਾਨ ਤੋਂ ਭਾਰਤ ਪਰਤ ਆਈ ਹੈ ਉਜਮਾ ਵਾਹਗਾ ਸਰਹੱਦ ਦੇ ਰਸਤੇ ਭਾਰਤ ਆਈ ਹੈ ਜਿੱਥੋਂ ਉਹ ਸਿੱਧੇ ਦਿੱਲੀ ਲਈ ਰਵਾਨਾ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਇਸਲਾਮਾਬਾਦ ਹਾਈ ਕੋਰਟ ਨੇ ਉਜਮਾ ਨੂੰ ਦੇਸ਼ ਵਾਪਸ ਪਰਤਣ ਦੀ ਇਜਾਜ਼ਤ ਦੇ ਦਿੱਤੀ ਸੀ ਉਜਮਾ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਸਨੂੰ ਭਾਰਤ ਪਰਤਣ ਦੀ ਇਜਾਜ਼ਤ ਦਿੱਤੀ ਜਾਵੇ ਉਸਦਾ ਦੋਸ਼ ਹੈ ਕਿ ਉਸਨੂੰ ਬੰਦੂਕ ਦਿਖਾ ਕੇ ਪਾਕਿਸਤਾਨੀ ਸ਼ਖਸ ਤਾਹਿਰ ਅਲੀ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਗਿਆ ਸੀ ਤਾਹਿਰ ਪਹਿਲਾਂ ਤੋਂ ਹੀ ਵਿਆਹਤਾ ਹੈ ਅਤੇ 4 ਬੱਚਿਆਂ ਦਾ ਪਿਤਾ ਸੀ ਉਜਮਾ ਨੇ ਤਾਹਿਰ 'ਤੇ ਧੋਖਾ ਦੇਣ ਉਸਦਾ ਪਾਸਪੋਰਟ ਅਤੇ ਯਾਤਰਾ ਸੰਬੰਧੀ ਹੋਰ ਦਸਤਾਵੇਜ਼ ਚੋਰੀ ਕਰਨ ਦੇ ਵੀ ਦੋਸ਼ ਲਗਾਏ ਸਨ ਉਜਮਾ ਨੇ ਇਸਲਾਮਾਬਾਦ ਸਥਿਤ ਭਾਰਤੀ ਦੂਤਘਰ 'ਚ ਸ਼ਰਨ ਲਈ ਹੋਈ ਸੀ ਜੱਜ ਮੋਹਸਿਨ ਅਖਤਰ ਕਿਆਨੀ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਉਜਮਾ ਨੂੰ ਇਮੀਗ੍ਰੇਸ਼ਨ ਸੰਬੰਧੀ ਉਸਦੇ ਦਸਤਾਵੇਜ਼ ਸੌਂਪ ਦਿੱਤੇ ਤਾਹਿਰ ਨੇ ਮੰਗਲਵਾਰ ਨੂੰ ਇਹਨਾਂ ਨੂੰ ਅਦਾਲਤ 'ਚ ਜਮ੍ਹਾਂ ਕਰਵਾਇਆ ਸੀ ਖ਼ਬਰਾਂ ਦੇ ਮੁਤਾਬਕ ਦਿੱਲੀ ਦੇ ਰਹਿਣ ਵਾਲੀ ਉਜਮਾ ਅਤੇ ਪਾਕਿਸਤਾਨ ਤਾਹਿਰ ਦੀ ਮੁਲਾਕਾਤ ਮਲੇਸ਼ੀਆ 'ਚ ਹੋਈ ਸੀ ਉੱਥੇ ਹੀ ਦੋਵਾਂ ਦਾ ਪਿਆਰ ਪ੍ਰਵਾਨ ਚੜ੍ਹਿਆ ਅਤੇ ਉਹ ਵਾਹਗਾ ਸਰਹੱਦ ਦੇ ਰਸਤੇ 1 ਮਈ ਨੂੰ ਪਾਕਿਸਤਾਨ ਪੁੱਜੇ ਅਤੇ 3 ਮਈ ਨੂੰ ਉਹਨਾਂ ਦਾ ਵਿਆਹ ਹੋਇਆ ਸੀ ਉਸ ਤੋਂ ਬਾਅਦ ਉਜਮਾ ਹੁਣ ਵਾਪਸ ਭਾਰਤ ਪਰਤ ਆਈ ਹੈ ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਕਿਨਾਰਾ ਹੀ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨੀ ਸ਼ਖਸ ਤਾਹਿਰ ਅਲੀ ਨੇ ਇਸਲਾਮਾਬਾਦ ਸਥਿਤ ਭਾਰਤੀ ਕਮਿਸ਼ਨ ਅਤੇ ਉਸਦੀ ਨਵੀਂ ਵਿਆਹੀ ਭਾਰਤੀ ਪਤਨੀ ਨੂੰ ਅਗਵਾ ਕਰਨ ਦੇ ਦੋਸ਼ ਲਗਾਏ ਸਨ ਪਾਕਿਸਤਾਨੀ ਮੀਡੀਆ ਮੁਤਾਬਕ ਤਾਹਿਰ ਨੇ ਦੋਸ਼ ਲਗਾਇਆ ਸੀ ਕਿ ਉਸਦੀ ਪਤਨੀ ਨੂੰ ਅਗਵਾ ਉਸ ਸਮੇਂ ਕੀਤਾ ਗਿਆ ਜਦੋਂ ਉਹ ਭਾਰਤੀ ਕਮਿਸ਼ਨ 'ਚ ਪਤਨੀ ਨਾਲ ਆਪਣੇ ਵੀਜ਼ੇ ਲਈ ਬੇਨਤੀ ਕਰਨ ਲਈ ਪੁੱਜਾ ਸੀ ਜਦਕਿ ਉਜਮਾ ਭਾਰਤੀ ਕਮਿਸ਼ਨ ਤੋਂ ਮਦਦ ਮੰਗਣ ਲਈ ਗਈ ਸੀ ਖ਼ਬਰਾਂ ਦੇ ਮੁਤਾਬਕ ਦਿੱਲੀ ਦੀ ਰਹਿਣ ਵਾਲੀ ਉਜਮਾ ਅਤੇ ਪਾਕਿਸਤਾਨੀ ਤਾਹਿਰ ਦੀ ਮੁਲਾਕਾਤ ਮਲੇਸ਼ੀਆ 'ਚ ਹੋਈ ਸੀ ਉੱਥੇ ਹੀ ਦੋਹਾਂ ਦਾ ਪਿਆਰ ਪ੍ਰਵਾਨ ਚੜ੍ਹਿਆ ਅਤੇ ਉਹ ਵਾਹਗਾ ਸਰਹੱਦ ਦੇ ਰਸਤੇ 1 ਮਈ ਨੂੰ ਪਾਕਿਸਤਾਨ ਪੁੱਜੇ ਅਤੇ 3 ਮਈ ਨੂੰ ਉਹਨਾਂ ਦਾ ਵਿਆਹ ਹੋਇਆ ਸੀ ਉਸ ਤੋਂ ਬਾਅਦ ਹੁਣ ਉਜਮਾ ਅੱਜ ਵਾਪਸ ਭਾਰਤ ਪਰਤ ਆਈ ਹੈ ਬਿਊਰੋ ਰਿਪੋਰਟ ਪੰਜਾਬ ਟੂਡੇ ਫਰੀਦਕੋਟ ਦੀ ਜੈਤੋ ਪੁਲਿਸ ਵੱਲੋਂ ਇੱਕ ਵਿਅਕਤੀ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਉਸਦੇ ਗੁਪਤ ਅੰਗ ਨੂੰ ਕਰੰਟ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਜੇਰੇ ਇਲਾਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਘਰ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਪਰ ਗੁਆਂਢ 'ਚ ਰਹਿੰਦੇ ਕੁਝ ਨੌਜਵਾਨ ਬਿਨਾਂ ਕਿਸੇ ਗੱਲ ਤੋਂ ਉਸ ਨਾਲ ਲੜਨ ਲੱਗ ਪਏ ਪੀੜਤ ਵਿਅਕਤੀ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ
ਇਹ ਤਾਂ ਮੈਨੂੰ ਬਹੁਤ ਧੋਤਾ ਜੀ। ਕਿਹਨੇ? ਆਪਣੇ ਮੁਲਾਜ਼ਮਾਂ ਨੇ ਕਿਹਾ ਜੀ, ਉਹ ਕੋਲੇ ਉਹਨਾਂ ਨੇ ਧਵਾਇਆ, ਗੁਆਂਢੀਆਂ ਨੇ ਕੋਲੇ ਬਹਿ ਕੇ ਜੀ, ਮੇਰੇ ਬਿਜਲੀਆਂ ਦਾ ਬੁਰੇ ਹਾਲ, ਲੀੜੇ ਪਾੜ ਗੁਪ ਤੰਗ 'ਤੇ ਲਗਾਇਆ ਜੀ। ਕੀ ਕੀ ਕੀਤਾ? ਲੀੜੇ ਪਾੜ ਕੇ। ਕੀ ਕੀਤਾ ਜੀ? ਹਾਂਜੀ, ਕਰੰਟ ਲੱਗ ਕੇ ਕੀ ਕੀਤਾ? ਝਟਕਣੀ ਜੀ ਲਾ ਤੀ ਜੀ ਮੇਰੇ ਇੱਥੇ। ਹਾਂਜੀ, ਕੰਨਾਂ 'ਤੇ ਲਾ ਤੀਆਂ ਦੋ ਵਾਰੀ ਬਿਜਲੀ, ਦੋ ਵਾਰੀ ਕੰਨਾਂ 'ਤੇ ਲਾਈ। ਮੈਂ ਉਹਨਾਂ ਨੇ ਮਿੰਟਾਂ ਵੀ ਕੀਤੀ ਤੁਸੀਂ ਪੁਲਿਸ ਨਾ ਆਉਣਾ ਜੀ, ਉਹਨਾਂ ਨੇ ਪਹਿਲਾਂ ਤਾਂ ਮਾਰ ਨੂੰ ਆ ਗਏ, ਫਿਰ ਜੀ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ, ਪੁਲਿਸ ਨੂੰ ਫੋਨ ਕਰਕੇ ਬੁਲਾ ਕੇ, ਅਤੇ ਬਾਅਦ 'ਚੋਂ ਜੀ ਇਹਨਾਂ ਨੂੰ ਲੈ ਗਏ, ਮੈਨੂੰ ਝੂਠ ਬੋਲ ਕੇ ਲਗਾਏ ਜੀ, ਕਹਿੰਦੇ ਨਾ ਵੀ ਅਸੀਂ ਉੱਦਾਂ ਹੀ ਲਿਆਉਂਦੇ ਹਾਂ ਕਟਵਾਉਂਦੇ, ਵੀ ਅਸੀਂ ਰਾਜੀਨਾਮੇ ਲਈ ਲਿਆਉਂਦੇ ਹਾਂ। ਉੱਥੇ ਜਾ ਕੇ ਜੀ ਉਹਨਾਂ ਨੇ ਕੁਰਸੀਆਂ 'ਤੇ ਬਹਿ ਕੇ, ਆਪ ਕੁਰਸੀਆਂ ਬੈਠੇ, ਉਹਨਾਂ ਨੂੰ ਬਹੁਤ ਜ਼ਿਆਦਾ। ਬਿਊਰੋ ਰਿਪੋਰਟ, ਪੰਜਾਬ ਟੂਡੇ।